ਜਦੋਂ ਵੀ ਰੋਣਾ ਹੈ ਤਾਂ ਉਹ ਸੁਪਨੇ 'ਚ ਆ ਕੇ ਮੈਨੂੰ ਇੱਕੋ ਗੱਲ ਕਹਿੰਦੇ ਆ ਕਿ ਬੇਟਾ ਰੋਣਾ ਨਹੀਂ, ਬਿਲਕੁਲ ਨਹੀਂ ਰੋਣਾ। ਮੇਰਾ ਨਾਮ ਸਤਵਿੰਦਰ ਸਿੰਘ ਹੈ ਔਰ ਮੈਂ ਸ਼ਹੀਦ ਕੁਲਵੰਤ ਸਿੰਘ ਜੀ ਕਾ ਬੇਟਾ ਹੂੰ। ਪਠਾਨਕੋਟ ਮੇ 2 ਮਹੀਨੇ ਹੋਏ ਥੇ ਅਭੀ ਆਏ ਥੇ ਉਨਕੋ, ਉਸਕੇ ਬਾਅਦ ਹੀ ਉਧਰ ਸ਼ਹੀਦ ਹੋ ਗਏ ਮੇਰੇ ਫਾਦਰ। ਇੱਕ ਤਰੀਕ ਨੂੰ ਸਰ ਉਹਨਾਂ ਦਾ ਫੋਨ ਆਇਆ, ਉਹਨਾਂ ਨੇ ਨਵੇਂ ਸਾਲ ਦੀ ਵਧਾਈ ਵੀ ਦਿੱਤੀ। ਉੱਦਣ ਹੀ ਰਾਤ ਨੂੰ 12 ਵਜੇ ਤੋਂ ਬਾਅਦ 3:30 ਵਜੇ ਉਹਨਾਂ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਉਹਨਾਂ ਨੇ 2 ਅੱਤਵਾਦੀ ਮਾਰ ਵੀ ਦਿੱਤੇ ਮੌਕੇ 'ਤੇ, ਬਟ ਉਹਨਾਂ ਨਾਲ ਲੜਦੇ ਲੜਦੇ ਉਹ ਖੁਦ ਵੀ ਸ਼ਹੀਦ ਹੋ ਗਏ। ਪਹਿਲੇ ਤੋਂ ਸੁਬਹਾ ਬਤਾਇਆ ਮੇਰੇ ਕੋਲ ਵੀ ਉਧਰ ਏਅਰਬੇਸ ਪੇ ਅਟੈਕ ਹੋ ਗਿਆ, ਆਤੰਕੀ ਆ ਗਏ ਹੈ, ਤੋ ਉਹਨਾਂ ਨੇ ਯੇ ਨਹੀਂ ਬਤਾਇਆ ਕਿ ਆਪਕੇ ਫਾਦਰ ਕੋ ਕੁਛ ਹੋਇਆ। DSC ਵਾਲਾ ਨੇ ਬੋਲਾ ਕਿ ਬਿਲਕੁਲ ਠੀਕ ਹੈ, ਡਿਊਟੀ ਪਰ ਹੈ, ਉਨਕਾ ਫੋਨ ਜਮਾ ਹੋ ਗਿਆ। ਤੋ ਫਿਰ ਬਾਅਦ ਮੇਂ ਦੁਪਹਿਰ ਕੋ ਚਾਚਾ ਜੀ ਗਏ ਥੇ ਉਧਰ ਪਠਾਨਕੋਟ ਮੇਂ, ਤੋ ਉਹਨਾਂ ਨੇ ਬਤਾਇਆ ਫੋਨ ਕਰਕੇ ਕਿ ਮੇਰੇ ਫਾਦਰ ਸ਼ਹੀਦ ਹੋ ਗਏ। ਮੁਝੇ ਤੋ ਯਕੀਨ ਹੀ ਨਹੀਂ ਹੋ ਰਹਾ ਥਾ ਕਿ ਕਿਆ ਹੋ ਕਿਆ ਗਿਆ, ਮੁਝੇ ਤੋ ਅਭੀ ਤੱਕ ਵੀ ਯਕੀਨ ਨਹੀਂ ਹੋਤਾ ਕਿ ਮੇਰੇ ਫਾਦਰ ਐਸੇ ਸ਼ਹੀਦ ਹੋ ਗਏ। ਜਦੋਂ ਸ਼ਾਮਾਂ ਨੂੰ ਅਸੀਂ ਘੁੰਮਣ ਜਾਂਦੇ ਸੀ ਪਹਿਲਾਂ ਜਦੋਂ ਫਾਦਰ ਹੁੰਦੇ ਸੀ, ਬਟ ਹੁਣ ਸ਼ਾਮ ਨੂੰ ਉਹ ਨਹੀਂ ਦਿਸਦੇ ਤਾਂ ਦਿਲ ਨੂੰ ਬਹੁਤ ਬੁਰਾ ਜਿਹਾ ਲੱਗਦਾ। ਜੈਸੇ ਮੇਰੇ ਫਾਦਰ ਇੱਕ ਬਹਾਦਰ ਸਿਪਾਹੀ ਅਤੇ ਆਰਮੀ ਕੇ, ਮੈਂ ਵੀ ਉਸੀ ਤਰ੍ਹਾਂ ਸਰ ਆਰਮੀ ਮੇਂ ਜਾਣਾ ਚਾਹਤਾ ਹੂੰ, ਮੈਂ ਵੀ ਦੇਸ਼ ਕੀ ਸੇਵਾ ਕਰਨਾ ਚਾਹਤਾ ਹੂੰ ਇੰਡੀਅਨ ਆਰਮੀ ਮੇਂ ਜਾ ਕਰ। ਆਓ ਸਾਰੇ ਰਲ ਕੇ ਪੂਜੀਏ ਉਹਨਾਂ ਨੇ ਕਨਸਾਨਾਂ ਨੂੰ, ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ, ਆਓ ਸਾਰੇ ਰਲ ਕੇ ਪੂਜੀਏ।